ਉਸ ਟਾਈਮ ਤਾਂ ਪੋਜੀਸ਼ਨ ਜਿਹੜੀ ਸੀ ਬਹੁਤ ਵਧੀਆ ਸੀ ਕਿ ਸਦਾਮ ਹੁਸੈਨ ਦਾ ਰਾਜ ਸੀ ਔਰ ਆਪਣਾ ਬੜਾ ਚੰਗਾ ਮਿੱਤਰ ਸੀ, ਮੇਰਾ ਹੀ ਨਹੀਂ ਪੂਰੇ ਹਿੰਦੁਸਤਾਨ ਦਾ ਮਿੱਤਰ ਸੀ ਉਹ। ਇੱਕ ਮਿੰਟ ਵੀ ਨਹੀਂ ਲੱਗਾ, ਗੁਰੂ ਸਾਹਿਬ ਦੀ ਕਿਰਪਾ ਹੋਈ ਅਤੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਅੱਗੇ ਦਿੱਤੀ, ਗੁਰਦੁਆਰਾ ਸਾਹਿਬ ਰੈਸਟੋਰ ਹੋ ਗਏ। ਲੇਕਿਨ ਸਦਾਮ ਹੁਸੈਨ ਦੇ ਜਿਹੜੇ ਆ ਰਾਜ ਡਿੱਗਣ ਤੋਂ ਬਾਅਦ ਫਿਰ ਇਹ ਦਿੱਕਤ ਆ ਗਈ ਉੱਥੇ ਕਿ ਉਹ ਗੁਰਦੁਆਰਾ ਸਾਹਿਬ ਬੰਦ ਕਰਨਾ ਪੈ ਗਿਆ, ਗੁਰਦੁਆਰਾ ਸਾਹਿਬ ਦੀ ਇਮਾਰਤ ਡੈਮੇਜ ਹੋ ਗਈ। ਹੁਣ ਉੱਥੇ ਬਸ ਸਮਝ ਲਓ ਕਿ ਸਾਡਾ ਸਥਾਨ ਹੀ ਹੈਗਾ, ਪਰ ਕਮੇਟੀਆਂ ਦਾ ਕੋਈ ਇੰਟਰਸਟ ਨਹੀਂ ਹੈਗਾ। ਕਮੇਟੀਆਂ ਤੋਂ ਤਾਂ ਹਮੇਸ਼ਾ ਹੀ ਹੈ ਨੈਗੇਟਿਵ ਹੀ ਕੰਮ ਮਿਲਦਾ, ਕਿਉਂ ਉਹਨਾਂ ਤੋਂ ਤਾਂ ਕਦੀ ਮੈਨੂੰ ਕੋਈ ਪ੍ਰੋਤਸਾਹਨ ਮਿਲਿਆ ਹੀ ਨਹੀਂ। ਸੰਗਤ ਜਿਹੜੀ ਉਹ ਇਹਦਾ ਹੀ ਕਹਿੰਦੀ ਕਿ ਅਸੀਂ ਗੁਰਦੁਆਰਾ ਬਗਦਾਦਾ ਦਾ ਸੋਨੇ ਦੀ ਇੱਟਾਂ ਦਾ ਬਣਾਉਣਾ। ਸਾਡੇ ਨਾਲ ਇਸ ਵੇਲੇ ਨੇ ਮੁਖਤਿਆਰ ਸਿੰਘ ਆਸਲ, ਜਿਹੜੇ ਕਿ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਚੇਅਰਮੈਨ ਨੇ। ਇਹਨਾਂ ਦਾ ਵਾਹ ਵਾਸਤਾ ਇਰਾਕ ਨਾਲ ਰਿਹਾ ਅਤੇ ਇਰਾਕ 'ਚ ਵੀ ਉਸ ਗੁਰਦੁਆਰਾ ਸਾਹਿਬ ਨਾਲ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ, ਉਹਨਾਂ ਦੀ ਆਮਦ ਦੀ ਯਾਦ 'ਚ ਉੱਥੇ ਬਣਿਆ ਹੋਇਆ, ਅਤੇ ਉਸ ਸੰਬੰਧ 'ਚ ਪਹਿਲਾਂ ਵੀ ਇਹ ਸਰਗਰਮ ਰਹੇ ਨੇ, ਇਰਾਕ ਜਾਂਦੇ ਰਹੇ ਨੇ, ਅਤੇ ਹੁਣ ਕੁਛ ਉਸ ਗੁਰਦੁਆਰਾ ਦੇ ਬਾਰੇ ਉਤਸੁਕਤਾ ਵੀ ਬੜੀ ਰਹੀ ਹੈ ਲੋਕਾਂ ਨੂੰ ਵੀ ਕੀ ਹਾਲਤ ਆ ਉੱਥੇ। ਗਾਹੇ ਵਗਾਹੇ ਕੁਛ ਖਬਰਾਂ ਇਸ ਤਰ੍ਹਾਂ ਵੀ ਆਉਂਦੀਆਂ ਰਹੀਆਂ ਨੇ ਉੱਥੇ ਵੀ ਉਹ ਹੁਣ ਗੁਰਦੁਆਰਾ ਹੈ ਨਹੀਂ ਹੈ। ਤਾਂ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਵੀ ਹੁਣ ਇਸ ਵੇਲੇ ਉਸ ਗੁਰਦੁਆਰੇ ਦੀ ਪੋਜੀਸ਼ਨ ਕੀ ਹੈ ਅਤੇ ਕੀ ਉੱਥੇ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਹੋ ਰਹੀ ਹੈ ਜਾਂ ਉਹਦੀ ਸਥਿਤੀ ਕੀ ਹੈ, ਇਸ ਬਾਰੇ ਇਹ ਇਹਨਾਂ ਨਾਲ ਗੱਲ ਕਰਦੇ ਹਾਂ। ਇਹ ਦੱਸੋ ਕਿ ਤੁਸੀਂ ਉਦੋਂ ਤਾਂ ਜਾਂਦੇ ਰਹੇ ਹੋ, ਪਹਿਲਾਂ 1990 ਤੋਂ 97 ਤੱਕ, ਅਤੇ ਉਸ ਵੇਲੇ ਗੁਰਦੁਆਰੇ ਦੀ ਪੋਜੀਸ਼ਨ ਕੀ ਸੀ ਅਤੇ ਉਸ ਤੋਂ ਬਾਅਦ ਕੀ ਹੋਇਆ, ਥੋੜ੍ਹੀ ਜਿਹੀ ਜਾਣਕਾਰੀ ਦੇ। ਉਸ ਟਾਈਮ ਤਾਂ ਪੋਜੀਸ਼ਨ ਜਿਹੜੀ ਸੀ ਬਹੁਤ ਵਧੀਆ ਸੀ ਕਿ ਸਦਾਮ ਹੁਸੈਨ ਦਾ ਰਾਜ ਸੀ ਔਰ ਆਪਣਾ ਬੜਾ ਚੰਗਾ ਮਿੱਤਰ ਸੀ, ਮੇਰਾ ਹੀ ਨਹੀਂ ਪੂਰੇ ਹਿੰਦੁਸਤਾਨ ਦਾ ਮਿੱਤਰ ਸੀ ਉਹ। ਅਤੇ ਉਹਦੇ ਨਾਲ ਮੀਟਿੰਗ ਦੇ ਦੌਰਾਨ 23 ਜਨਵਰੀ 1990 ਨੂੰ ਇੱਕ ਮਿੰਟ ਵੀ ਨਹੀਂ ਲੱਗਾ, ਗੁਰੂ ਸਾਹਿਬ ਦੀ ਕਿਰਪਾ ਹੋਈ ਅਤੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਅੱਗੇ ਦਿੱਤੀ, ਗੁਰਦੁਆਰਾ ਸਾਹਿਬ ਰੈਸਟੋਰ ਹੋ ਗਏ। ਗੁਰੂ ਮਹਾਰਾਜ ਦਾ ਪ੍ਰਕਾਸ਼ ਦੀ ਇਜਾਜ਼ਤ ਮਿਲ ਗਈ, ਕੀਰਤਨ ਦੀ ਇਜਾਜ਼ਤ ਮਿਲ ਗਈ, ਲੰਗਰ ਦੀ ਇਜਾਜ਼ਤ ਮਿਲ ਗਈ, ਅਤੇ ਸਾਰਾ ਕੋਈ ਪ੍ਰੋਪਰ ਜਿਸ ਤਰ੍ਹਾਂ ਆਪਣੇ ਹਿੰਦੁਸਤਾਨ ਦਾ ਗੁਰਦੁਆਰਿਆਂ 'ਚ ਹੁੰਦਾ ਉਹ ਸਾਰਾ ਉੱਥੇ ਸ਼ੁਰੂ ਹੋ ਗਿਆ। ਸਿੱਖ ਨਾਲ ਸਾਡੇ ਧਾਰਮਿਕ ਜਿਹੜੇ ਵੀ ਕਾਰਜਕ੍ਰਮ ਸੀ ਹੁੰਦੇ ਰਹੇ ਉੱਥੇ ਲਗਾਤਾਰ। ਫਿਰ ਜਦੋਂ ਉੱਥੇ ਸੇਵਾ ਕੌਣ ਕਰਦੇ ਸੀ ਉਸ ਵੇਲੇ? ਉਦੋਂ ਸੇਵਾ ਕਰਦੇ ਸੀ ਉੱਥੇ ਇੱਕ ਤਾਂ ਜਿਹੜਾ ਖਾਨਦਾਨੀ ਅਰਬੀ ਹੈਗਾ ਉਹਦਾ ਨਾਂ ਅਬੂ ਨੂਰ, ਉਹ ਸੇਵਾ ਕਰਦਾ ਸੀ। ਫਿਰ ਸਾਡੀ ਇੰਡੀਅਨ ਅੰਬੈਸੀ 'ਚ ਕੋਈ ਬੰਦਾ ਉੱਥੇ ਅਪੁਆਇੰਟ ਹੁੰਦਾ ਸਿੱਖ ਦਾ ਜਿਹੜਾ ਗੁਰਦੁਆਰੇ 'ਚ ਦੀ ਸੇਵਾ ਕਰਦਾ ਸੀ, ਅਤੇ ਨਾਲ ਆਪਣੀ ਜਿਹੜੀ ਸੰਗਤ ਉੱਤੇ ਜਾਂਦੀ ਸੀ, ਜਿਹੜੇ ਸਾਡੇ ਕੰਮ 'ਚ ਜਾਂਦੇ ਸੀ, ਹਰ ਸ਼ੁੱਕਰਵਾਰ ਨੂੰ ਦੀਵਾਨ ਸਾਹਿਦਾ ਸੀ, ਸਭ ਇਕੱਠੇ ਹੁੰਦੇ ਸੀ ਉੱਥੇ, ਹਜ਼ਾਰਾਂ ਦੀ ਗਿਣਤੀ ਉੱਥੇ ਆ ਜਾਂਦੀ ਸੰਗਤ ਇਕੱਠੀ ਹੋ ਜਾਂਦੀ ਸੀ, ਤੋ ਚੱਲਦਾ ਰਿਹਾ ਪ੍ਰੋਗਰਾਮ। ਲੇਕਿਨ ਸਦਾਮ ਹੁਸੈਨ ਦੇ ਜਿਹੜੇ ਆ ਰਾਜ ਡਿੱਗਣ ਤੋਂ ਬਾਅਦ ਫਿਰ ਇਹ ਦਿੱਕਤ ਆ ਗਈ ਉੱਥੇ ਕਿ ਉਹ ਗੁਰਦੁਆਰਾ ਸਾਹਿਬ ਬੰਦ ਕਰਨਾ ਪੈ ਗਿਆ। ਇੱਕ ਤਾਂ ਅਮੈਰੀਕਾ ਨੇ ਬੰਬਾਰੀ ਕਰਤੀ, ਉਦੋਂ ਨੁਕਸਾਨ ਹੋਇਆ। ਫਿਰ ਜਦੋਂ ਸਦਾਮ ਸਾਹਿਬ ਦਾ ਤਖ਼ਤਾ ਪਲਟ ਗਿਆ, ISI ਉੱਥੇ ਅੱਤਵਾਦੀ ਰਾਜ ਹੋ ਗਿਆ, ਤਾਂ ਉਹਨਾਂ ਨੇ ਮਾਰ ਕੁੱਟ ਕੇ ਜਿਹੜਾ ਉਹ ਸੇਵਾਦਾਰ ਸੀ ਅਰਬੀ ਅਬੂ ਨੂਰ, ਉਹਨੂੰ ਭਜਾ ਤਾ ਕਿ ਚਲਾ ਜਾ ਤੂੰ। ਅੱਛਾ, ਮੈਨੂੰ ਇੱਥੇ ਮੈਸੇਜ ਮਿਲਿਆ ਥਰੂ ਸਮ ਜੈਂਟਲਮੈਨ, ਅਤੇ ਮੈਂ ਕੋਸ਼ਿਸ਼ ਕੀਤੀ ਕਿ ਉੱਥੇ ਜਿਹੜੇ ਮੇਰੇ ਇਰਾਕੀ ਮਿੱਤਰ ਸੀ ਉਹ 40-50 ਬੰਦੇ ਗਏ, ਸਾਰਾ ਕੁਛ ਆਪਣਾ ਉਹਨਾਂ ਇਸਤੇਮਾਲ ਕੀਤੀ ਆਪਣੀ ਤਾਕਤ, ਅਤੇ ਗੁਰਦੁਆਰਾ ਸਾਹਿਬ ਨੂੰ ਉੱਥੇ ਫਿਰ ਬਹਾਲ ਕਰਾਇਆ। ਲੇਕਿਨ ਇਸ ਟਾਈਮ ਜਿਹੜੀ ਪੋਜੀਸ਼ਨ ਹੈ ਉੱਥੇ ਹੁਣ ਕੋਈ ਗੁਰਦੁਆਰਾ ਸਾਹਿਬ ਜਿਹੜਾ ਪ੍ਰੋਪਰਲੀ ਨਹੀਂ ਹੈਗਾ, ਉਹ ਪ੍ਰੋਪਰਲੀ ਬੁਲਾਉਣ ਲਈ ਮੈਂ ਲਗਾਤਾਰ ਸੰਪਰਕ ਕਰ ਰਿਹਾ। ਜਿਹੜੀ ਨਵੀਂ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਸੀ ਉਹ ਡੈਮੇਜ ਹੋ ਗਈ, ਉਹ ਡੈਮੇਜ ਹੋ ਗਈ ਗੁਰਦੁਆਰਾ ਸਾਹਿਬ ਦੀ ਇਮਾਰਤ ਡੈਮੇਜ ਹੋ ਗਈ। ਅੱਛਾ, ਹੁਣ ਉੱਥੇ ਬਸ ਸਮਝ ਲਓ ਕਿ ਸਾਡਾ ਸਥਾਨ ਹੀ ਹੈਗਾ, ਲੇਕਿਨ ਗੁਰਦੁਆਰਾ ਸਾਹਿਬ ਜਗ੍ਹਾ ਹੈਗੀ ਕਿੰਨੀ ਕੁ ਜਗ੍ਹਾ ਹੈਗੀ? ਥੋੜ੍ਹੀ ਜਿਹੀ ਜਗ੍ਹਾ, ਕੋਈ ਜ਼ਿਆਦਾ ਨਹੀਂ ਗੀ, ਉਹ ਵੀ ਲੋਕਾਂ ਨੇ ਕੇਅਰ ਕਰ ਲਈ ਹੈ, ਅਤੇ ਹੁਣ ਉੱਥੇ ਕੋਸ਼ਿਸ਼ ਕੀਤੀ ਹੈ ਪਿਛਲੇ 3-4 ਸਾਲਾਂ ਤੋਂ, ਅਤੇ ਹੁਣ ਉੱਥੋਂ ਜਿਹੜੀ ਨਵੀਂ ਸਰਕਾਰ ਦਾ ਇਨਵੀਟੇਸ਼ਨ ਆਇਆ
ਤੇ ਹੁਣ ਇੱਕ ਜੱਥਾ ਲੈ ਕੇ ਉੱਥੇ ਜਾਣਾ, ਬਲਕਿ ਤਰੀਕ ਮੁਕਰਰ ਹੋ ਗਈ 5 ਨਵੰਬਰ ਦੀ। ਅੱਛਾ। ਲੇਕਿਨ ਉਸ ਵੇਲੇ 2 ਦਿਨ ਪਹਿਲਾਂ ਖਬਰ ਆ ਗਈ ਕਿ ਹਾਲੇ ਉੱਥੇ ਹਾਲਾਤ ਜਿਹੜੇ ਨੇ ਠੀਕ ਨਹੀਂ ਹੈਗੇ, ਅਤੇ ਹਾਲੇ ਸਿਕਿਉਰਿਟੀ ਦਾ ਕੰਸਰਨ ਜ਼ਿਆਦਾ ਤਕੜਾ ਉੱਥੇ, ਜ਼ਿਆਦਾ ਮੈਟਰ ਹੈ। ਅਤੇ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ 1-2 ਮਹੀਨੇ ਤੱਕ ਜਦੋਂ ਹਾਲਾਤ ਠੀਕ ਹੋਣ, ਡੈਲੀਗੇਸ਼ਨ ਲੈ ਕੇ ਜਾਈਏ। ਕਿਹਦੇ ਨਾਲ ਗੱਲ ਹੋਈ ਤੁਹਾਡੀ? ਇਸ ਮੇਰੀ ਜਿਹੜੀ ਇਰਾਕੀ ਗੌਰਮੈਂਟ, ਉੱਥੇ ਨਾਲ ਗੱਲ ਹੋਈ ਜੀ। ਇਰਾਕੀ ਗੌਰਮੈਂਟ ਦਾ ਇਨਵੀਟੇਸ਼ਨ ਆਇਆ ਪ੍ਰੋਪਰ। ਅੱਛਾ। ਉੱਥੇ ਸਾਡੀ ਮੀਟਿੰਗ ਸੀ ਮਿਨਿਸਟਰ ਆਫ ਟੂਰਿਜ਼ਮ ਦੇ ਨਾਲ ਅਤੇ ਵੱਖ ਬੋਰਡ ਦੇ ਚੇਅਰਮੈਨ ਦੇ ਨਾਲ, ਜਿਹੜੇ ਕੰਸਰਨ ਅਥਾਰਟੀਆਂ ਨੇ ਉਹਨਾਂ ਨਾਲ ਮੀਟਿੰਗ ਹੋਣਾ ਸੀ। ਉਹ ਹਾਲੇ ਮੀਟਿੰਗ ਡਿਊ ਹੈ, ਔਰ ਲਗਾਤਾਰ ਮੈਂ ਸੰਪਰਕ 'ਚ ਹੈਗਾ। ਨਹੀਂ, ਇਹਦੇ 'ਚ ਜਿਹੜੀ ਦਿੱਲੀ 'ਚ ਇਰਾਕੀ ਅੰਬੈਸੀ ਹੈ ਉਹਦਾ ਰੋਲ ਆ ਕੀ? ਕਿਹਦਾ ਰੋਲ? ਇਰਾਕੀ ਅੰਬੈਸੀ ਦਾ ਰੋਲ ਤਾਂ ਹੈ ਹੀ ਹੈ ਜੀ, ਇਰਾਕ ਅੰਬੈਸੀ 'ਤੇ ਬੈਠੀ ਹੈ। ਅੱਛਾ। ਲੇਕਿਨ ਮੇਨ ਜਿਹੜੇ ਮੇਰੇ ਬੰਦੇ ਇਰਾਕ 'ਚ ਵੀ ਬੈਠੇ, ਉਹਨਾਂ ਦਾ ਵੀ ਰੋਲ ਹੈਗਾ ਬੜਾ ਇੰਪੋਰਟੈਂਟ। ਤੁਹਾਡੇ ਪੁਰਾਣੇ ਦੋਸਤ ਜਿਹੜੇ ਬੈਠੇ ਨੇ ਉਹ ਵੀ ਨਾਲ ਮਦਦ ਕਰ ਰਹੇ ਨੇ, ਜਿਹੜੀ ਹੁਣ ਦੀ ਸਰਕਾਰ ਹੈ ਇਹ ਵੀ ਮਦਦ ਕਰ ਰਹੀ ਹੈ। ਅਤੇ ਉੱਥੇ ਜਿਹੜੀ ਆਪਣੀ ਭਾਰਤੀ ਅੰਬੈਸੀ ਹੈ, ਇੰਡੀਅਨ ਅੰਬੈਸੀ ਹੈ, ਉਹਦਾ ਉਹ ਵੀ ਮਦਦ ਕਰ ਰਹੀ ਹੈ। ਤੁਹਾਨੂੰ ਜਿਹੜੀ ਗੌਰਮੈਂਟ ਆਫ ਇੰਡੀਆ ਹੈ ਇਹ ਵੀ ਮਦਦ ਕਰ ਰਹੀ ਹੈ। ਕੋਈ ਸੱਜਣ ਇਹੋ ਜਿਹੇ ਮਿਲਣੇ ਹੈ ਹੁਣ ਦੀ ਗੌਰਮੈਂਟ 'ਚ, ਆਪਣੇ ਫੋਰਨ ਮਿਨਿਸਟਰ ਸਾਹਿਬ ਵੀ ਲੱਗਦਾ ਕਿ ਇੰਟਰਸਟ ਲੈਣਗੇ, ਉਹਨਾਂ ਨੂੰ ਪਤਾ ਇਸ ਗੱਲ ਦਾ। ਇੱਕ ਦੋਰੀ ਮੁਲਾਕਾਤ ਹੋਈ ਹੈ ਉਹਨਾਂ ਨਾਲ, ਇੱਕ ਹੋਰ ਉਸ ਪੱਧਰ 'ਤੇ ਜਾ ਕੇ ਕੇਅਰ ਕੀਤੀ ਜਾ ਰਹੀ ਹੈ। ਉਮੀਦ ਹੈ ਵਾਹਿਗੁਰੂ ਕਿਰਪਾ ਕਰੇਗਾ ਅਤੇ ਉੱਥੇ ਜਿਹੜਾ ਸਾਡਾ ਹਿਸਟੋਰੀਕਲ ਸਥਾਨ ਹੈ ਗੁਰਦੁਆਰਾ ਬਾਬਾ ਨਾਨਕ ਮੁਕਾਮ ਬਗਦਾਦ, ਜਲਦੀ ਉਹਦੀ ਇਮਾਰਤ ਜਿਹੜੀ ਹੈ ਉਹ ਆ ਜਾਏਗੀ ਸਰੂਪ ਦੇ ਵਿੱਚ। ਇਸ ਸੰਬੰਧ 'ਚ ਕਿਸ ਤਰ੍ਹਾਂ ਦਾ ਸੋਚਿਆ ਵੀ ਕੀ ਬਣਾਉਣਾ ਉੱਥੇ? ਅਤੇ ਇਸ ਸੰਬੰਧ ਜਿਹੜੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਜਥੇ ਅਕਾਲ ਤਖਤ ਸਾਹਿਬ, ਉਹਨਾਂ ਨਾਲ ਕਿਸੇ ਨਾਲ ਰਾਬਤਾ? ਜਿਹੜਾ ਰਾਬਤਾ ਕਰਨ ਦੀ ਗੱਲ ਹੈ, ਕਮੇਟੀਆਂ ਨੇ ਰਾਬਤਾ ਤਾਂ ਸਾਰਾ ਕੀਤਾ, ਪਰ ਕਮੇਟੀਆਂ ਦਾ ਕੋਈ ਇੰਟਰਸਟ ਨਹੀਂ ਹੈਗਾ। ਕਮੇਟੀਆਂ ਤੋਂ ਤਾਂ ਹਮੇਸ਼ਾ ਹੀ ਹੈ ਨੈਗੇਟਿਵ ਹੀ ਕੰਮ ਮਿਲਦਾ, ਕਿ ਉਹਨਾਂ ਤੋਂ ਤਾਂ ਕਦੀ ਮੈਨੂੰ ਕੋਈ ਪ੍ਰੋਤਸਾਹਨ ਮਿਲਿਆ ਹੀ ਨਹੀਂ। ਮੈਨੂੰ ਮਾਫੀ ਦਿਆ ਜੀ ਇਸ ਗੱਲ ਦੀ। ਅੱਛਾ। ਮੈਂ ਸੱਚੀ ਗੱਲ ਕਰ ਰਿਹਾ ਪ੍ਰੈਸ ਨਾਲ, ਇਹ ਕਮੇਟੀਆਂ ਨਾ ਮਾਤਰ ਦੀਆਂ ਬਣੀਆਂ, ਲੇਕਿਨ ਇਹਨਾਂ ਦਾ ਕੋਈ ਕੰਸਰਨ ਨਹੀਂ ਹੈ, ਕੁਛ ਕਰਕੇ ਰਾਜੀ ਸੀਗੇ। ਬਾਕੀ ਆਮ ਜਿਹੜੀ ਹੈ ਦੁਨੀਆ 'ਚ ਇਸ ਗੱਲ ਦੀ ਬੜੀ ਚਰਚਾ, ਸੰਗਤ ਜਿਹੜੀ ਉਹ ਇਹਦਾ ਹੀ ਕਹਿੰਦੀ ਹੈ ਕਿ ਇਹ ਗੁਰਦੁਆਰਾ ਬਗਦਾਦ ਵਾਲਾ ਸੋਨੇ ਦੀ ਇੱਟਾਂ ਦਾ ਬਣਾਉਣਾ, ਅਤੇ ਸੰਗਤ 'ਚ ਬੜਾ ਉਤਸ਼ਾਹ ਹੈ। ਉਹ ਬਾਬੇ ਨੇ ਆਪੇ ਕਿਰਪਾ ਕਰ ਦੇਣੀ ਆ, ਬੜੇ ਚੰਗੇ ਚੰਗੇ ਬੰਦੇ ਨਾਲ ਆ ਰਹੇ ਨੇ। ਉਹਦਾ ਨਾਂ ਕੀ ਸੀ ਗੁਰਦੁਆਰਾ ਦਾ? ਨਾਂ ਵੀ ਸੀ ਕੋਈ ਗੁਰਦੁਆਰਾ ਨਾਨਕ ਮਕਾਮ, ਨਾਨਕ ਮਕਾਮ ਬਗਦਾਦ। ਅਤੇ ਹੁਣ ਜਿਹੜੀ ਬਿਲਡਿੰਗ ਉਸਾਰੀ ਦਾ ਮਸਲਾ ਹੈ, ਉਹ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੇ UAE ਵਾਲੇ ਸਿੰਘ ਨੇ ਜਿਨ੍ਹਾਂ 'ਤੇ ਗੁਰੂ ਨਾਨਕ ਦਰਬਾਰ ਬਣਾਇਆ, ਉਹਨਾਂ ਨੂੰ ਨਾਲ ਲਿਆ ਜਾਵੇ। ਉਹਨਾਂ ਨੂੰ ਜ਼ਿਆਦਾ ਤਜਰਬਾ ਹੈ ਕਿ ਉੱਥੇ ਕਿਹੋ ਜਿਹੀ ਬਿਲਡਿੰਗ ਬਣ ਸਕਦੀ ਹੈ, ਕਿਹੋ ਜਿਹਾ ਆਰਕੀਟੈਕਚਰ ਹੋ ਸਕਦਾ, ਅਤੇ ਉਹ ਸਾਰੇ ਸੱਜੇ ਨਾਲ ਸਹਿਯੋਗ ਕਰਨਗੇ ਅਤੇ ਉਸ ਹਿਸਾਬ ਨਾਲ ਉੱਥੇ ਇਮਾਰਤ ਜਿਹੜੀ ਹੈ ਉਹਦੀ ਰੂਪ ਰੇਖਾ ਬਣੇਗੀ। ਇਹ ਸਨ ਮੁਖਤਾਰ ਸਿੰਘ, ਜਿਹੜੇ ਕਿ ਚਾਹੁੰਦੇ ਨੇ ਕਿ ਇਰਾਕ ਦੇ ਵਿੱਚ ਬਗਦਾਦ ਦੇ ਵਿੱਚ ਜਿਹੜਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਬਣਿਆ ਹੋਇਆ, ਉਹਨੂੰ ਮੁੜ ਕੇ ਰਿਵਾਈਵ ਕਰਨਾ ਉਹਨਾਂ ਦੀ ਜਿਹੜੀ ਇਮਾਰਤ ਵੀ, ਅਤੇ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਹੋਰ ਜਿਹੜੀਆਂ ਸਾਡੀ ਧਾਰਮਿਕ ਜਿਹੜਾ ਸਾਡੀ ਜਿਹੜੀ ਮਰਿਆਦਾ ਉੱਥੇ ਬਹਾਲ ਕਰਨ ਦੀ ਇਹਨਾਂ ਦੀ ਇੱਛਾ ਹੈਗੀ। ਇਹਨਾਂ ਦਾ ਰਾਬਤਾ ਹੁਣ ਵਾਲੀ ਇਰਾਕ ਸਰਕਾਰ ਨਾਲ ਹੋਇਆ, ਅਤੇ ਹੁਣ ਦੇਖਣਾ ਹੈ ਕਿ ਕਦੋਂ ਤੱਕ ਇਹ ਸਫਲ ਹੁੰਦੇ ਨੇ ਇਸ ਗੱਲ 'ਚ, ਇਸ ਦੀ ਉਡੀਕ ਰਹੇਗੀ। ਸ਼ੁਕਰੀਆ।